ਅੱਜ ਤੁਹਾਨੂੰ ਦੱਸਦੇ ਹਾਂ ਕਿ ਜੈਕਟ ਜਾਂ ਕੋਟ 'ਤੇ ਕਿਵੇਂ ਜੇਬ ਲੱਗਦੀ ਆ। ਉੱਪਰਲੀ ਜੇਬ ਜਿਹਦੇ ਵਿੱਚ ਆਪਾਂ ਹੈਂਡਕਰਚੀਫ ਜਾਂ ਕੋਈ ਫਲਾਰ ਵਗੈਰਾ ਲਾਉਂਦੇ ਹਾਂ ਜਾਂ ਕੋਈ ਬੈਚ ਵਗੈਰਾ ਲਾਉਂਦੇ ਹਾਂ, ਅਤੇ ਇਹ ਜੇਬ ਲੱਗਦੀ ਤੁਹਾਨੂੰ ਦਿਖਾਉਂਦੇ ਹਾਂ। ਇਹਦੇ ਨੀਚੇ ਵੀ ਕਾਫੀ ਤਰ੍ਹਾਂ ਦਾ ਸਮਾਨ ਲੱਗਦਾ ਉਸ ਜੇਬ ਨੂੰ ਹਾਰਡ ਕਰਨ ਵਾਸਤੇ। ਅਤੇ ਆਹ ਜਿਵੇਂ ਹੁਣ ਪੱਟੀ ਨਿਕਲ ਕੇ ਅੰਦਰੋਂ ਬਾਹਰ ਆ ਰਹੀ ਹੈ ਇਹ, ਅਤੇ ਇਹਨੂੰ ਸਾਈਡ ਤੋਂ ਸਟਿਚ ਕੀਤਾ ਜਾਊਗਾ। ਹੋਰ ਵੀ ਕਾਫੀ ਕੁਛ ਯੂਜ਼ ਹੁੰਦਾ ਕੋਟ ਦੇ ਵਿੱਚ, ਜਿਵੇਂ ਆਹ ਯੂਜ਼ ਹੁੰਦਾ, ਇਹਨੂੰ ਲੱਪਾ ਬੋਲਦੇ ਆ, ਲੱਪਾ। ਇਹ ਲੱਪੇ ਨੂੰ ਥੋੜ੍ਹਾ ਜਿਹਾ ਕਟਿੰਗ ਕਰਕੇ ਸਾਈਡ ਤੋਂ, ਅਤੇ ਇਹਦੇ ਵਿੱਚ ਬੋਰਾ ਜਿਹੜੀ ਕੱਢਤੀ ਹੈ ਵਿੱਚੋਂ, ਅਤੇ ਪੋਕਿਟ ਦੇ ਇਹ ਥੱਲੇ ਰੱਖਿਆ ਗਿਆ। ਥੱਲੇ ਰੱਖਣ ਤੋਂ ਬਾਅਦ ਇਹਨੂੰ ਸਿਉਣ ਲਗਾਈ ਜਾਂਦੀ ਹੈ। ਆਹ ਦੇਖੋ, ਜੈਕਟ ਜਾਂ ਜਿਹੜੀ ਕੋਟ ਦੀ ਜਿਹੜੀ ਉੱਪਰਲੀ ਜੇਬ ਆ ਜਿਹਦੇ ਵਿੱਚ ਆਪਾਂ ਬੈਚ ਲਾਉਂਦੇ ਹਾਂ, ਉਸ ਨੂੰ ਯਾਨੀ ਕਿ ਫਿਨਿਸ਼ ਦੇਣ ਵਾਸਤੇ ਚੀਜ਼ ਲਗਾਈ ਜਾਂਦੀ ਹੈ। ਅਤੇ ਇਸ ਤਰ੍ਹਾਂ ਇਹਦੀ ਸਿਲਾਈ ਕੀਤੀ ਜਾਂਦੀ ਹੈ। ਵੈਲਵਟ ਦਾ ਕੱਪੜੇ ਦਾ ਇਹ ਕੋਟ ਆ, ਦੂਰੀ ਤੀਰੀ ਸਿਉਣ ਲਾਈ ਜਾਂਦੀ ਹੈ। ਅਤੇ ਹੁਣ ਉਹਦੇ ਨੀਚੇ ਥੋੜ੍ਹਾ ਜਿਹਾ ਲੱਪੇ ਦਾ ਜਿਹੜਾ ਟੁਕੜਾ ਕੱਟਿਆ ਸੀ ਰੱਖਤਾ ਜੇਬ ਦੇ ਥੱਲੇ, ਅਤੇ ਹੁਣ ਇਹਨੂੰ ਇੱਧਰੋਂ ਸਿਲਾਈ ਕੀਤਾ ਜਾਊਗਾ ਬਿਲਕੁਲ ਕਿਨਾਰੀ ਤੋਂ। ਹੁਣ ਤੁਹਾਨੂੰ ਦਿਖਾਉਂਦੇ ਹਾਂ ਅਸੀਂ ਇਹ ਜੇਬ ਲਾ ਕੇ ਜਿਹੜੀ ਆ ਰੈਡੀ ਹੋ ਚੁੱਕੀ ਆ। ਆਹ ਜੇਬ ਦਾ ਪੁੱਠਾ ਪਾਸਾ ਬੈਕ ਸਾਈਡ ਜਿਹੜਾ ਪਲਿਸਟਰ ਦੇ ਵਿੱਚ ਆ ਜਾਂਦਾ ਗਾ, ਅਤੇ ਇਹਦੇ ਵਿੱਚ ਪਲਿਸਟਰ ਦੀ ਇੱਕ ਥੈਲੀ ਲਗਾਈ ਗਈ ਆ, ਅਤੇ ਨੀਚੇ ਹੋਰ ਕਾਫੀ ਮਟੀਰੀਅਲ ਲੱਗਿਆ ਹੋਇਆ। ਆਹ ਦੇਖੋ, ਧਾਗੇ ਨੂੰ ਗੰਢਾਂ ਦਿੱਤੀਆਂ ਜਾ ਰਹੀਆਂ, ਉਸ ਤੋਂ ਬਾਅਦ ਇਹਦੀ ਕਟਿੰਗ ਕੀਤੀ ਜਾਊਗੀ ਤਾਂ ਜੋ ਇਹ ਜੇਬ ਜਿਹੜੀ ਆ ਉੱਧੜੇ ਨਾ। ਇਸ ਧਾਗੇ ਨੂੰ ਕੈਂਚੀ ਨਾਲ ਨਹੀਂ ਕੱਟਣਾ, ਬਾਅਦ ਕੱਟਣਾ ਗੰਢਾ ਦੇਣ ਤੋਂ ਬਾਅਦ, ਅਤੇ ਇਸ ਤਰ੍ਹਾਂ ਬਾਅਦ 'ਚ ਕੱਟ ਦੇਣਾ। ਇਸ ਤਰ੍ਹਾਂ ਕੱਟ ਦੇਣਾ, ਅਤੇ ਆਹ ਤੁਸੀਂ ਦੇਖੋਗੇ ਜਿਹੜੀ ਕੋਟ ਦੀ ਜਿਹੜੀ ਉੱਪਰਲੀ ਜੇਬ ਆ ਲੱਗ ਕੇ ਰੈਡੀ ਹੋ ਗਈ ਹੈ। ਅਗਰ ਇਹ ਵੀਡੀਓ ਵਧੀਆ ਲੱਗੀ ਤੁਹਾਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਕਮੈਂਟ ਕਰੋ। ਧੰਨਵਾਦ।